ਗਰਮਨ ਸਿੰਘ ਪੱਟੀ ਐਡਵੋਕੇਟ YouTube ਚੈਨਲ ਤੁਹਾਡੇ ਨਾਲ ਉਰਦੇ ਭਾਰਤ ਦੀ ਗੱਲ ਕਰਨ ਲੱਗਿਆ ਉਰਦਾ ਭਾਰਤ ਕਿਹੜੀਆਂ ਵਾਵਾਂ ਹੀ ਛੁੱਟ ਗਿਆ ਕਿੱਥੇ ਕਿੱਥੇ ਰੁੱਲ ਗਿਆ ਕਿੱਥੇ ਕਿੱਥੇ ਠੁੱਲ ਗਿਆ ਕਿੱਥੇ ਕਿੱਥੇ ਗੁੱਲ ਹੋ ਗਿਆ ਕਿੱਥੇ ਕਿੱਥੇ ਇਹਦਾ ਕੀ ਕੀ ਹਿਸਾਬ ਹੋ ਗਿਆ ਸਾਰਾ ਕੁਲ ਨਿਖਾ ਝੋਖਾ ਜੇ ਦੇਖਿਆ ਜਾਏ ਕੀਤਾ ਜਾਏ ਮੰਗਿਆ ਜਾਏ ਤੇ ਸਰਕਾਰ ਕੋਲ ਇਸ ਬਾਰੇ ਕੋਈ ਠੋਸ ਉੱਤਰ ਨਹੀਂ ਹੈ ਉਰਦਾ ਪੰਜਾਬ ਬਣੀ ਸੀਗੀ ਪਿਕਚਰ ਬਣੀ ਸੀਗੀ ਪੰਜਾਬ ਨੂੰ ਰੱਜ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਵੀ ਪੰਜਾਬ ਡਰੱਗ ਦੀ ਭੇਟ ਚੜ ਗਿਆ ਤੇ ਕਿਸੇ ਨੇ ਇਹ ਨਹੀਂ ਦੇਖਿਆ ਮੈਂ ਜੀ ਨਿਊਜ਼ ਦੀ ਤੇ ਹੋਰ ਕਈ ਚੈਨਲਾਂ ਦੀ ਡਿਬੇਟ ਦੇ ਵਿੱਚ ਇਹ ਗੱਲ ਕਹੀ ਸੀ ਤੁਸੀਂ ਪੰਜਾਬ ਨੂੰ ਰਹਉਂਦੇ ਹੋ ਸਾਰੇ ਦੇਸ਼ ਦਾ ਬੇੜਾ ਘਰਪ ਹੋ ਗਿਆ ਜੀ ਇਹ ਕੋਈ ਮੇਰੀ ਭੁਵਿੱਸ਼ਣਨੀ ਨਹੀਂ ਸੀ ਲੇਕਿਨ ਇਹ ਜਿਹੜੀਆਂ ਖਬਰਾਂ ਦਪਾਈਆਂ ਜਾਂਦੀਆਂ ਸੀ ਜਿਹੜੀਆਂ ਖਬਰਾਂ ਦੂਰੋਂ ਨੇੜੋਂ ਆਂਦੀਆਂ ਸੀਗੀਆਂ ਉਹ ਸੀਗੀਆਂ ਅਡਾਨੀ ਪੋਰਟ ਕਿੰਨੇ ਕਰੋੜਾਂ ਦੀ ਫੀਮ ਫੜੀ ਗਈ ਯਾਨੇ ਚੇ ਪੜੇ ਗਈ ਜਾਂ ਚਿੱਟਾ ਫੜਿਆ ਗਿਆ ਜਾਂ ਹੀਰੋਇਨ ਫੜੀ ਗਈ ਇਹਦਾ ਕੋਈ ਸਰਬਜਨਕ ਵੇਰਵਾ ਅਜੇ ਤੱਕ ਨਹੀਂ ਦਿੱਤਾ ਗਿਆ ਤੇ ਅਡਾਨੀ ਪੋਰਟ ਨੇ ਦੇਸ਼ ਦਾ ਬੇੜਾ ਗਰ ਕਰਨ ਵਿੱਚ ਕੀ ਅਹਿਮ ਯੋਗਦਾਨ ਪਾਇਆ ਸਰਕਾਰ ਨੇ ਤੇ ਗੋਦੀ ਮੀਡੀਆ ਨੇ ਇਹਦੇ ਤੇ ਚੁੱਪੀ ਸਾਦੀ ਰੱਖੀ ਇੱਕ ਸ਼ਰਮਨਾਕ ਘਟਨਾ ਆਪਣੇ ਦੇਸ਼ ਦੇ ਲੋਕਾਂ ਨੂੰ ਆਪਣੇ ਹੀ ਮਾਰ ਰਹੇ ਨੇ ਪੰਜਾਬ ਦੇ ਉੱਤੇ ਹਮਲਾ ਬਾਰ-ਬਾਰ ਕਿਵੇਂ ਹੋਇਆ 1947 ਤੋਂ ਲੱਗ ਕੇ ਅੱਜ ਤੱਕ ਅੱਜ ਮਿਤੀ 3 ਜਾਂ 4 ਫਰਵਰੀ 2023 ਹੈ ਇਹਦੇ ਮੁਤਾਬਕ ਪੰਜਾਬ ਉੱਤੇ ਹਮਲੇ ਹੀ ਹਮਲੇ ਹੁੰਦੇ ਰਹੇ ਨੇ ਤੁਸੀਂ ਦੇਖੋ ਛੋਟੇ ਬੱਚਿਆਂ ਨੂੰ ਨਸ਼ੇ ਦੀ ਲਤ ਕਿਵੇਂ ਲੱਗਦੀ ਹੈ ਇਹਦੇ ਬਾਰੇ ਸਰ ਪੰਜਾਬ ਸਰਕਾਰ ਨੇ ਕੋਈ ਤਵੱਜੂ ਨਹੀਂ ਦਿੱਤੀ ਤੇ ਨਾ ਦੇਣੀ ਹੈ ਤਵੱਜੂ ਕਿਉਂ ਕਿ ਮਹਿਲ ਮਾੜੀਆਂ ਜਿਹੜੀਆਂ ਖੜੀਆਂ ਹੁੰਦੀਆਂ ਹਨ ਨਾ ਇਹ ਨਸ਼ੇ ਦੇ ਵਿੱਚੋਂ ਹੀ ਖੜੀਆਂ ਹੋਈਆਂ ਐ ਇਹਨੇ ਲੋਕਾਂ ਦੀਆਂ ਇਦੀ ਇਨਕੁਆਇਰੀ ਕੀਤੀ ਜਾਣੀ ਚਾਹੀਦੀ ਔਰ ਕਿਵੇਂ ਕਿਵੇਂ ਕਿਸ ਹਿਸਾਬ ਨਾਲ ਇਡੀਆਂ ਇਡੀਆਂ ਵੱਡੀਆਂ ਮਹਿਲ ਮਾੜੀਆਂ ਹੋ ਗਈਆਂ ਤੇ ਕਿੰਨੇ ਲੋਕ ਵਿਦੇਸ਼ਾਂ ਨੂੰ ਹਿਜਰਤ ਕਰ ਗਏ ਤੋਂ ਪੈਸਾ ਕਮਾ ਕੇ ਇਹ ਸਾਰੀ ਛਾਂਬਿਨ ਹੋਣੀ ਜ਼ਰੂਰੀ ਹੈ ਇਹ ਨਸ਼ਾ ਜਿਹੜਾ ਕਿੱਥੋਂ ਆਇਆ ਜਦੋਂ ਤੱਕ ਪੰਜਾਬ ਦੇ ਵਿੱਚ ਪਰਵਾਸੀ ਨਹੀਂ ਸੀ ਆਇਆ ਉਦੋਂ ਤੱਕ ਪੰਜਾਬ ਨਸ਼ਾ ਮੁਕਤ ਸੀ ਪਰਵਾਸੀ ਆਨੇ ਸ਼ੁਰੂ ਹੋ ਗਏ ਉਹ ਇਸ ਤਰ੍ਹਾਂ ਤਲੀ ਦੇ ਉੱਤੇ ਕੁਝ ਕਰਦੇ ਸੀਗੇ ਤੇ ਫੇਰ ਉਸ ਨੂੰ ਐਦਾਂ ਮੂੰਹੇ ਚਲਾ ਲੰਦੇ ਸੀ ਕੌਣ ਸੀ ਗੇ ਉਹ ਪ੍ਰਵਾਸੀ ਤੇ ਕਿਹੜਾ ਨਸ਼ਾ ਕਰਦੇ ਸੀ ਤੇ ਉਸ ਨਸ਼ੇ ਦੀ ਭੇਟ ਚੜ ਗਏ ਪੰਜਾਬ ਦੇ ਪਿਓ ਅੱਗੋਂ ਉਹਨਾਂ ਦੇ ਬੱਚੇ ਜਿਹੜੇ ਸੀ ਉਹਨਾਂ ਨੂੰ ਦੇਖ ਕੇ ਉਹ ਉਸ ਨਸ਼ੇ ਦੀ ਲਤ ਵਿੱਚ ਲੱਗ ਗਏ ਤੇ ਜਿਹੜੇ ਸਕੂਲਾਂ ਵਿੱਚ ਪੜ੍ਹਦੇ ਸਨ ਉਹਨਾਂ ਨੂੰ ਨਸ਼ਾ ਕਿਤੇ ਰਹੀ ਸਪਲਾਈ ਹੁੰਦਾ ਰਿਹਾ ਅੱਜ ਵੀ ਹੁੰਦਾ ਜਿਹੜੇ ਸਕੂਲਾਂ ਦੇ ਬਾਹਰ ਚਾਹ ਵਾਲੇ ਨੇ ਪਾਹਨ ਵਾਲੇ ਨੇ ਸਿਗਰਟ ਵਾਲੇ ਨੇ ਛਾਬੇ ਵਾਲੇ ਨੇ ਜਾਂ ਹੋਰ ਲੋਕ ਨੇ ਉਹਨਾਂ ਉੱਤੇ ਤੇ ਸਾਡੀ ਜਿਹੜੀ ਇਹ ਸਰਕਾਰ ਜਾਂ ਸਾਡਾ ਜਿਹੜਾ ਸਿਸਟਮ ਹੈ ਉਹਦੇ ਉੱਤੇ ਨਿਗਰਾਨੀ ਰੱਖ ਕੇ ਵੀ ਨਿਗਰਾਨੀ ਨਹੀਂ ਰੱਖ ਰਿਹਾ ਕਿਉਂ ਕਿਸ ਵਜ੍ਹਾ ਕਰਕੇ ਕਿਉਂਕਿ ਉਹਨਾਂ ਨੂੰ ਉਹਨਾਂ ਦਾ ਮਿਲਦਾ ਹਿੱਸਾ ਵਾਜੂਬ ਹਿੱਸਾ ਪਹੁੰਚ ਜਾਂਦਾ ਟੱਠੇ ਖੂਚ ਪਵੇ ਪੰਜਾਬ ਤੇ ਪੰਜਾਬ ਤੇ ਲੋਕ ਸਾਡੀ ਜੇਪ ਪਰਣੀ ਚਾਹੀਦੀ ਏ ਇਹ ਸਿਸਟਮ ਨੂੰ ਚਲਾਉਣ ਵਾਲੇ ਲੋਗਾਂ ਦੀ ਜਿਹੜੀ ਏ ਉਹ ਇੱਕ ਇਹ ਹੋ ਚੁੱਕੀ ਏ ਇੱਥੋਂ ਤੱਕ ਸੋਚ ਮਾਰੀ ਕਿ ਸਿਰਫ ਸਾਡਾ ਤੇ ਸਾਡਾ ਬਾਕੀ ਕਿਸੇ ਦਾ ਕੁਝ ਨਹੀਂ ਜੋ ਵਟਿਆ ਸੋ ਖਟਿਆ ਉਹ ਆਪਣੇ ਲਈ ਗੋਈ ਖਟਿਆ ਕਿਸੇ ਹੋਰ ਲਈ ਕੀ ਵਟਿਆ ਇਹ ਕਿਸੇ ਨੂੰ ਕੋਈ ਨਹੀਂ ਦੱਸਿਆ ਇਹ ਦੇਖੋ ਤੁਸੀਂ ਛੋਟੇ ਬੱਚਿਆਂ ਨੂੰ ਸਕੂਲਾਂ ਵਿੱਚ ਕਿਵੇਂ ਨਾਸ਼ਾ ਪਹੁੰਚਦਾ ਇਦੇ ਉੱਤੇ ਸਰਕਾਰ ਨੇ ਧਿਆਨ ਦੇਣ ਦੇ ਉਪਰ ਯਤਨ ਕੀਤਾ ਜਾਂ ਨਹੀਂ ਕੀਤਾ ਇਹਦੇ ਉੱਤੇ ਕੋਈ ਅਧਿਕਾਰਿਤ ਬਿਆਨ ਅਜੇ ਤੱਕ ਭਾਰਤ ਸਰਕਾਰ ਦਾ ਜਾਂ ਪੰਜਾਬ ਗਵਰਨਮੈਂਟ ਦਾ ਜਾਂ ਹਰਿਆਣਾ ਗਵਰਨਮੈਂਟ ਦਾ ਜਾਂ ਹਿਮਾਚਲ ਗਵਰਨਮੈਂਟ ਦਾ ਨਹੀਂ ਆਇਆ ਮੈਂ ਤੁਹਾਡਾ ਨਾਲ ਜ਼ਿਕਰ ਕਰ ਰਿਹਾ ਹਾਂ ਉਰਦਾ ਪੰਜਾਬ ਦੇ ਉੱਤੇ ਬਹਿਸ ਕਰਦੇ ਹਨ ਕਰਦੇ ਹਾਂ ਡਿਬੇਟ ਦੇ ਵਿੱਚ ਇੱਕ ਗੱਲ ਮੈਂ ਕਹੀ ਤੁਸੀਂ ਪੰਜਾਬ ਨੂੰ ਰੋਂਦੇ ਹੋ ਸਾਰਾ ਹਿੰਦੁਸਤਾਨ ਕਰਕੇ ਉਸ ਤੋਂ ਕੁਝ ਹਫ਼ਤੇ ਬਾਅਦ 에ਰਪੋਰਟ ਆਈ हिमाचल ਤੋਂ शिमला ਜਿਹੜਾ ਹੈ शिमला ਰਾਜਧਾਨੀ ਹੈ ਹਿਮਾਚਲ ਦੀ ਉੱਥੇ ਦੇ ਜਿਹੜੇ ਬੱਚੇ ਨੇ 60% ਕੁੜੀਆਂ ਜਿਹੜੀਆਂ ਨਸ਼ੇ ਦੀ ਗ੍ਰਿਫਤ ਵਿੱਚ ਆ ਚੁੱਕੀਆਂ 60% ਉਹ ਇਕੋ ਦਿਨ ਹੀ ਤਿੰਨ ਦਿਨ ਤੱਕ ਨਾ ਆ ਗਈਆਂ ਜਦੋਂ ਉੱਤਦੇ ਪੰਜਾਬ ਨੂੰ ਨਮੋਸ਼ੀ ਦੇਣ ਦੀ ਤੁਸੀਂ ਕੋਸ਼ਿਸ਼ ਕੀਤੀ ਪੰਜਾਬ ਵਾਲਿਆਂ ਨੂੰ ਨਮੋਸ਼ੀ ਦੇਣ ਦੀ ਕੋਸ਼ਿਸ਼ ਕੀਤੀ ਅਡਾਨੀ ਦੀ ਪੋਰਟ ਤੋਂ ਕਿਵੇਂ ਆ ਗਈ ਨਸ਼ੇ ਦੀ ਥੇਪ ਉਹਨੂੰ ਤੁਸੀਂ ਕੋਈ ਸਰਵਜਨਕ ਨਹੀਂ ਕੀਤਾ ਗੋਦੀ ਮੀਡੀਏ ਨੇ ਕੋਈ ਉਹਦੇ ਤੇ ਗੱਲ ਨਹੀਂ ਕੀਤੀ ਤੇ ਇਹ ਸਾਰੇ ਕਲੈਕਟਿਵ ਰੀਜ਼ਨ ਬਣ ਗਏ ਉਹ ਇੱਕ ਕਲੈਕਟਿਵ ਲੀਜ਼ਨ ਬਣ ਕੇ ਭਾਰਤ ਦੀ ਜਵਾਨੀ ਦਾ ਬੇੜਾ ਘਰ ਕਰਨ ਵਿੱਚ ਰੁੱਝ ਗਏ ਤੁਸੀਂ ਦੇਖੋ ਪੂਰਬ ਵੱਲੇ ਲੋਕ ਇੱਥੇ ਆ ਕੇ ਕੀ ਕੰਮ ਕਰਦੇ ਨੇ ਸਬਜੀ ਦਾ ਰੇੜੀ ਦਾ ਹੁਣ ਅੱਜ ਕੱਪੜਾ ਆ ਗਈਆਂ ਵੀ ਇਹ ਗ੍ਰੋਸਰੀ ਸ਼ਾਪ ਤੋਂ ਵੀ ਮਿਲ ਜਾਂਦੀਆਂ ਨਸ਼ੇ ਦੀਆਂ ਲੱਤਾਂ ਪੱਤਾ ਤੇ ਜੇ ਇੰਨੀ ਸਾਡੀ ترقی ਹੋ ਗਈ ਹੈ ਪੰਜਾਬ ਦੀ ਤੇ ਫਿਰ ਅਸੀਂ ਕਿੱਥੇ ਖੜੇ ਹਾਂ ਜਨਾਬ ਇਹ ਤੁਸੀਂ ਰੱਖੋ ਆਪਣਾ ਧਿਆਨ ਦੂਜੀ ਚੀਜ਼ ਤੁਹਾਨੂੰ ਇਹ ਦੱਸਣੀ ਬੰਦੀ ਹੈ ਕਿ ਪੰਜਾਬ ਦੇ ਵਿੱਚ ਆਪ ਆਪਣੀ ਰੱਖਿਆ ਆਪ ਕਰੋ ਆਪਣੇ ਨਸ਼ਿਆਂ ਤੋਂ ਆਪਣੇ ਪਰਿਵਾਰ ਨੂੰ ਆਪ ਬਚਾਓ ਜ਼ਬਰਨ ਨਸ਼ਾ ਜਿਹੜਾ ਕਰਾਇਆ ਜਾਂਦਾ ਹੈ ਹਾਸਟਲਾਂ ਵਿੱਚ ਸਕੂਲਾਂ ਵਿੱਚ ਤੇ ਪਹਿਲੇ ਇਸ ਤਰ੍ਹਾਂ ਨਸ਼ੇ ਦੀ ਲਤ ਲਾਈ ਜਾਂਦੀ ਹੈ ਮੁਫਤ ਹੀ ਨਸ਼ਾ ਦੇ ਕੇ ਛੋਟੇ ਬੱਚਿਆਂ ਨੂੰ ਉਸ ਤੋਂ ਬਾਅਦ ਉਹਨਾਂ ਨੂੰ ਇੰਨੀ ਕੋ ਲਤ ਲੱਗ ਜਾਂਦੀ ਹੈ ਕਿ ਉਹਦੇ ਬਿਨਾਂ ਰਹਿ ਨਹੀਂ ਸਕਦੇ ਤੇ ਫਿਰ ਪੈਸਾ ਹੀ ਸਾਡਾ ਜਿਹੜਾ ਪੀਰ ਹੈ ਭਈਆ ਦੀ ਹੋਲ ਥਿੰਗ ਇਜ਼ ਥਿਸ ਕਿ ਭਈਆ ਸਭ ਤੋਂ ਵੱਡਾ ਰੁਪਈਆ ਮਹਿਮੂਦ ਦਾ ਇਹ ਡਾਇਲੌਗ ਜਿਹੜਾ ਇਹ ਬੜਾ ਮਕਬੂਲ ਡਾਇਲੌਗ ਆ ਗਿਆ ਹੈ ਔਰ ਭਈਆ ਹੋਲ ਥਿੰਗ ਇਜ਼ ਥਿਸ ਕਿ ਸਭ ਤੋਂ ਵੱਡਾ ਰੁਪਈਆ ਰਪਈ ਦੇ ਖਾਤਰ ਤੁਸੀਂ ਆਪਣੀਆਂ نسلਾਂ ਨੂੰ ਕਲਾਂ ਨੂੰ ਤਬਾਹ ਕਰ ਰਹੇ ਹੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਉਹਨਾਂ ਸਜਣਾਂ ਨੂੰ ਜਿਹੜੇ ਇਸ ਰੰਗ ਵਿੱਚ ਲੱਗੇ ਹੋਏ ਨੇ ਕਿ ਆਪਣੇ ਦੇਸ਼ ਦਾ ਆਪਣੇ ਪੰਜਾਬ ਦਾ ਜਿਹੜਾ ਕੋਈ ਸੋਚੋ ਬੇੜਾ ਘਰਕ ਨਾ ਕਰੋ ਨਾ ਹੋਂਦਿਓ ਤੇ ਜੇ ਪੰਚਾਇਤਾਂ ਨੇ ਕੁਛ ਨਹੀਂ ਇੱਥੋਂ ਤੱਕ ਨਸ਼ਿਆਂ ਬੰਦੀ ਲਾਂਬੰਦੀ ਕਰ ਰਹੀ ਹੈ ਕਿ ਅਸੀਂ ਨਾ ਨਸ਼ਾ ਵਿਕੰਦੇ ਨਾ ਤੇ ਨਾਨ ਨਸ਼ੇੜੀ ਪੰਜਾਬ ਦੇ ਪਿੰਡਾਂ ਵਿੱਚ ਰਹਿੰਦੇ ਨੇ ਤੇ ਇਹ ਗੱਲ ਸਾਰੇ ਭਾਰਤ ਵਿੱਚ ਵੀ ਚੱਲ ਸਕਦੀ ਹੈ ਪ੍ਰਚਲਿਤ ਹੋ ਸਕਦੀ ਹੈ ਤੇ ਇਹ ਜਿਹੜੀਆਂ ਨਸ਼ੇ ਦੀਆਂ ਖੇਪਾਂ ਨੇ ਜਿਹੜਾ ਜਿਹੜਾ ਵੀ ਇਹਦੇ ਵਿੱਚ ਗਲਤਾਨ ਹੈ ਉਸ ਦਾ ਜਿਹੜਾ ਕਾਰੋਬਾਰ ਹੈ ਉਸ ਨੂੰ ਬਿਲਕੁਲ ਨਾ ਕਰਨ ਦਿੱਤਾ ਜਾਵੇ ਭਾਵੇਂ ਉਹ ਸਬਜ਼ੀ ਵਾਲੇ ਦੀ ਹਾੜੀ 'ਚ ਤੇ ਭਾਵੇਂ ਉਹ ਫਲਾਂ ਵਾਲੇ ਦੀ ਹਾੜੀ 'ਚ ਤੇ ਭਾਵੇਂ ਉਹ ਬਾਹਰ ਲੱਗਦੀ ਫੇਰੀ ਜਾਂ ਛੋਟੇ-ਛੋਟੇ ਛਾਬੇ ਇਹ ਛੋਟੇ ਛੋਟੇ ਸਟਾਲ ਜਿਹੜੇ ਸਕੂਲਾਂ ਦੇ ਬਾਹਰ ਨੇ ਉਸ ਦੀ ਹਾਲ ਵਿੱਚ ਹੈ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਇਹਦਰ ਧਿਆਨ ਜ਼ਰੂਰ ਦੇਵੇ ਇਹ ਮੇਰੀ ਬੇਨਤੀ ਹੈ ਕਰ ਦਿੱਤੀ ਹੈ ਤੁਹਾਡੇ ਨਾਲ ਤੇ ਬਸ ਇੰਨੀ ਕੋ ਗੱਲ ਨਾਲ ਬੇਨਤੀ ਵੀ ਕਰਦਾ ਇਸ ਨੂੰ ਆਥੋਂ ਅੰਤ ਤੱਕ ਸੁਣਿਆ ਤੁਸੀਂ ਮੇਰੀ ਵੀਡੀਓ ਨੂੰ ਤਵਜਹ ਦੇਣਾ ਆਪਣੇ ਸਭਿਅਤਾ ਨੂੰ اپنی ਜਿਹੜੀ ਸਭਿਅਤ ਹੈ ਉਸ ਨੂੰ ਬਚਾਉਣ ਲਈ ਹਰ ਹਿੱਲਾ ਵਸੀਲਾ ਵਰਤ ਦੇਣਾ ਤੁਸੀਂ ਤਾਕਤ ਲੋਕ ਤਾਕਤ ਲੋਕ ਸ਼ਕਤੀ ਜਿਹੜੀ ਹੁੰਦੀ ਹੈ ਉਹ ਇੱਕ ਬੜੀ ਵੱਡੀ ਸ਼ਕਤੀ ਹੁੰਦੀ ਹੈ ਮੇਰੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਕਿਸੇ ਪਰਿਵਾਰ ਦਾ ਪੱਲਾ ਉਹ ਜਵੇ ਇਹੀ ਮੇਰੀ ਹੈ ਬੇਨਤੀ ਤੁਹਾਡੇ ਨਾਲ ਤੇ ਕਰਦਾ ਸਤਿ ਸ੍ਰੀ ਅਕਾਲ